ਗੁਰੂ ਅਰਜਨ ਦੇਵ ਪਾਤਸ਼ਾਹ ਜਾਣ ਤੋਂ ਪਹਿਲਾਂ ਬਾਬਾ ਬੁੱਢਾ ਜੀ ਨੂੰ ਆਖਦੇ ਆ ਕਿ ਆਓ ਆਪਾਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਹੁਣ ਗੁਰਤਾ ਗੱਦੀ ਦੇਣੀ ਆ, ਗੁਰੂ ਨਾਨਕ ਦੀ ਜ਼ਿੰਮੇਵਾਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਝੋਲੀ 'ਚ ਪਾ ਕੇ ਜਾਣੀ ਹੈ। ਸੰਗਤ ਜੀ ਕਦੇ ਬੈਠ ਕੇ ਸੁਣਿਓ, ਕਦੇ ਸਮਾਂ ਮਿਲਿਆ, ਰਹਿੰਦੇ ਇਸ ਟਾਈਮ ਦੇ ਵਿੱਚ ਬਾਬਾ ਬੁੱਢਾ ਜੀ ਦਾ ਜੀਵਨ ਆਪ ਸੰਗਤ ਨਾਲ ਜ਼ਰੂਰ ਸਾਂਝਾ ਕਰਾਂਗੇ। ਬਾਬਾ ਬੁੱਢਾ ਜੀ ਵਰਗਾ ਯੋਧਾ ਕੋਈ ਨਹੀਂ। ਅਸੀਂ ਬ੍ਰਹਮ ਗਿਆਨੀ ਵਾਲਾ ਪੱਖ ਬਹੁਤ ਵਾਰੀ ਪੇਸ਼ ਕੀਤਾ, ਪਰ ਬਾਬਾ ਬੁੱਢਾ ਜੀ ਵਰਗਾ ਸਾਡੇ ਕੋਲ ਯੋਧਾ ਸੂਰਮਾ ਵੀ ਕੋਈ ਨਹੀਂ ਹੈ, ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਆ ਕਿ ਮੇਰੇ ਪੁੱਤਰ ਨੂੰ ਗੁਰਮੁਖੀ ਤੁਸੀਂ ਸਿਖਾਉਣੀ ਹੈ ਅਤੇ ਮੇਰੇ ਪੁੱਤਰ ਨੂੰ ਸ਼ਸਤਰ ਵਿੱਦਿਆ ਤੁਸੀਂ ਸਿਖਾਉਣੀ ਹੈ। ਅਤੇ ਬਾਬੇ ਬੁੱਢੇ ਨੇ ਨਿਮਰਤਾ ਸਹਿਤ ਬੇਨਤੀ ਕੀਤੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਸੇ ਵਿਦਵਾਨ ਦੀ ਡਿਊਟੀ ਲਾਵੋ, ਆਪਣੇ ਪੁੱਤਰ ਨੂੰ ਜੇ ਗੁਰਮੁਖੀ ਸਿਖਾਉਣੀ ਆ, ਆਪਣੇ ਪੁੱਤਰ ਨੂੰ ਜੇ ਬਾਣੀ ਸਿਖਾਉਣੀ ਹੈ, ਉਹ ਕਿਸੇ ਵਿਦਵਾਨ ਦੀ ਡਿਊਟੀ ਲਾਵਿਓ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ ਸੀ, ਬਾਬਾ ਬੁੱਢਾ ਜੀ, ਤੁਸੀਂ ਗੁਰੂ ਨਾਨਕ ਬਾਬੇ ਕੋਲ ਬੈਠ ਕੇ ਜਪਜੀ ਸਾਹਿਬ ਪੜ੍ਹਿਆ, ਤੁਸੀਂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਕੋਲ ਬੈਠ ਕੇ ਗੁਰੂ ਨਾਨਕ ਬਾਬੇ ਦੀਆਂ ਗੱਲਾਂ ਸੁਣੀਆਂ ਆ, ਤੁਸੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਕੋਲ ਬੈਠ ਕੇ ਆਨੰਦ ਸਾਹਿਬ ਪੜ੍ਹਿਆ ਆ, ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਕੋਲ ਬੈਠ ਕੇ ਉਹ ਸਤਿਗੁਰ ਦੀ ਬਾਣੀ ਨੂੰ ਪੜ੍ਹਿਆ ਆ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਸੀਗਾ, ਤੁਹਾਡੇ ਵਰਗਾ ਵਿਦਵਾਨ ਅਤੇ ਤੁਹਾਡੇ ਵਰਗਾ ਸੂਰਮਾ ਮੇਰੀ ਨਿਗਾਹ ਵਿੱਚ ਹੋਰ ਕੋਈ ਨਹੀਂ, ਜੇ ਮੇਰੇ ਪੁੱਤਰ ਨੂੰ ਗੁਰਮੁਖੀ ਸਿਖਾਓਗੇ ਤੁਸੀਂ ਸਿਖਾਓਗੇ, ਜੇ ਮੇਰੇ ਪੁੱਤਰ ਨੂੰ ਸ਼ਸਤਰ ਵਿੱਦਿਆ ਸਿਖਾਓਗੇ ਤੁਸੀਂ ਸਿਖਾਓਗੇ। ਬਾਬੇ ਬੁੱਢੇ ਨੇ ਦੋ ਤਲਵਾਰਾਂ ਅੱਜ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਪਹਿਨਾਈਆਂ। ਸਾਡੇ ਇਤਿਹਾਸ ਵਿੱਚ ਇੱਕ ਹੋਰ ਗੱਲ ਐਡ ਕਰਤੀ ਜੀ, ਕਿਉਂ ਅਸੀਂ ਅਵੇਸਲੇ ਹਾਂ, ਅਸੀਂ ਸੁਚੇਤ ਨਹੀਂ ਹੋਏ। ਬਾਬਾ ਬੁੱਢਾ ਜੀ ਨਾਲ ਇਹ ਗੱਲ ਜੋੜਦੀ, ਕਹਿੰਦੇ ਬਾਬਾ ਬੁੱਢਾ ਜੀ ਨੇ ਇੱਕ ਕਿਰਪਾਨ ਪੁੱਠੀ ਪਾ ਦਿੱਤੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ, ਮਾਫ ਕਰਿਓ, ਕਹਿੰਦੇ ਤਾਂ ਕਰਕੇ ਮੇਰੀ ਦੀ ਪੀਰੀ ਦੀਆਂ ਦੋ ਤਲਵਾਰਾਂ ਤੁਰ ਪਈਆਂ। ਇਹ ਤਾਂ ਬਾਬੇ ਨਾਨਕ ਦੀ ਸੋਚ ਹੈ, ਜੋ ਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ। ਕੌਣ ਗੱਲ ਕਰ ਰਿਹਾ? ਇਹ ਧੰਨ ਗੁਰੂ ਨਾਨਕ ਬਾਬਾ ਗੱਲ ਕਰ ਰਿਹਾ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਇਹ ਕੌਣ ਗੱਲ ਕਰ ਰਿਹਾ? ਬਾਬਾ ਨਾਨਕ ਗੱਲ ਕਰ ਰਿਹਾ। ਬਾਬੇ ਨਾਨਕ ਨੇ ਆਖਿਆ ਕਿ ਜੇ ਤੁਸੀਂ ਸੱਚ ਦੇ ਰਾਹ 'ਤੇ ਤੁਰੋਗੇ ਤੁਹਾਨੂੰ ਆਪਣੀ ਜਾਨ ਤਲੀ 'ਤੇ ਰੱਖਣੀ ਪੈਣੀ ਆ। ਕਿਉਂ? ਕਿਉਂਕਿ ਸੱਚ ਦਾ ਰਾਹ ਤਵੀ ਤੱਕ ਜਾਂਦਾ ਆ, ਸੱਚ ਦਾ ਰਾਹ ਮਾਛੂਬਾੜੇ ਦੇ ਕੰਢਿਆਂ ਤੱਕ ਜਾਂਦਾ ਆ, ਸੱਚ ਦਾ ਰਾਹ ਚਮਕੌਰ ਦੀ ਗੜੀ ਤੱਕ ਜਾਂਦਾ ਆ, ਸੱਚ ਦਾ ਰਾਹ ਸਰਹੰਦ ਦੀਆਂ ਦੀਵਾਰਾਂ ਤੱਕ ਜਾਂਦਾ ਆ, ਸੱਚ ਦਾ ਜਿਹੜਾ ਰਾਹ ਆ ਉਹ ਚਰਖੜੀਆਂ ਤੱਕ ਜਾਂਦਾ ਆ, ਸੱਚ ਦਾ ਜਿਹੜਾ ਰਾਹ ਆ ਯਾਦ ਰੱਖਿਓ ਸੂਲੀਆਂ ਤੱਕ ਜਾਂਦਾ ਆ। ਸੱਚ ਦੇ ਰਾਹ 'ਤੇ ਤੁਰਨ ਵਾਲਿਆਂ ਨੂੰ ਕਦੇ ਫੁੱਲ ਨਹੀਂ ਪੈਣੇ, ਸੱਚ ਦੇ ਰਾਹ 'ਤੇ ਤੁਰਨ ਵਾਲਿਆਂ ਦੇ ਗਲਾਂ ਦੇ ਵਿੱਚ ਫੰਦੇ ਹੀ ਪੈਣੇ ਆ। ਬਾਬੇ ਨਾਨਕ ਨੇ ਕਿਹਾ ਕਿ ਸੱਚ ਦੇ ਮਾਰਗ 'ਤੇ ਤੁਰੋਗੇ ਇਹ ਸਭ ਕੁਝ ਸਾਡੇ ਸਾਹਮਣੇ ਹੋਣਾ। ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਦੋ ਤਲਵਾਰਾਂ ਪਹਿਨੀਆਂ, ਅਤੇ ਉੱਥੇ ਨੱਥੇ ਅਤੇ ਅਬਦੁੱਲੇ ਨੇ ਜੋ ਸੁਰ ਸਿੰਘ ਪਿੰਡ ਤੋਂ ਆਏ ਅਤੇ ਉਹਨਾਂ ਨੇ ਆ ਕੇ ਇੱਕ ਕਵਿਤਾ ਗਾਈ ਕਿ ਦੋ ਤਲਵਾਰਾਂ ਬੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਲ ਮਾਰ ਦੁਸਤਾ ਕਰੇ ਤਕੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ।